ਕਰਕੇ ਟੁੱਟ ਗਈ ਸੀ ਤੇ ਫਿਟਿੰਗ ਫੁਟਿੰਗ ਕਰਾ ਕੇ ਕਿਵੇਂ ਸਾਰੇ ਹੋਪ ਕਰਦਾ ਸਾਰੇ ਜਣੇ ਘੈਂਟ ਹੋਵੋਗੇ ਆਪਾਂ ਹੀ ਪੂਰੇ ਘੈਂਟ ਆ ਤੇ ਅੱਜ ਦਾ ਵਲੋਗ ਆਪਣਾ BS6 ਬੁਲਟ ਮੋਡੀਫਿਕੇਸ਼ਨ ਡਿਟੇਲ ਮੋਡੀਫਿਕੇਸ਼ਨ ਬਾਰੇ ਆਪਾਂ ਦੱਸਤਾ ਤੇ ਹੁਣ ਮਤਲਬ ਆਪਾਂ ਤੁਹਾਨੂੰ ਮੋਡੀਫਿਕੇਸ਼ਨ ਪ੍ਰਾਈਸ ਬਾਰੇ ਦੱਸਣਾ ਵੀ ਮਤਲਬ ਕੀ ਕੀ ਕਰਾਇਆ ਕਿੰਨਾ ਪ੍ਰਾਈਸ ਦਾ ਖਰਚਾ ਆਇਆ ਕਿੰਨਾ ਆਪਣੇ ਅੱਜ ਤੱਕ ਪੈਸੇ ਤੇ ਲੱਗ ਗਏ ਨੇ ਤੇ ਬਾਕੀ ਹੁਣ ਕਰੋ ਵੀ ਇੰਜੋਏ ਅੱਗੇ ਤੇ ਅੱਜ ਦਾ ਸ਼ਾਊਟ ਆਊਟ ਆ ਵੀਰੇ ਨੂੰ ਥੈਂਕ ਯੂ ਵੀਰ ਕਮੈਂਟ ਕਰਨ ਵਾਸਤੇ ਐਵੇਂ ਕਮੈਂਟ ਕਰਦੇ ਰਹੋ ਐਵੇਂ ਸਪੋਰਟ ਕਰੋ ਤੇ ਬਾਕੀ ਐਵੇਂ ਆਪਾਂ ਵਧੀਆ ਵਲੋਗ ਲੈ ਕੇ ਆਉਂਦੇ ਰਹਾਂਗੇ ਤੇ ਹੁਣ ਕਰੋ ਵੀ ਇੰਜੋਏ ਅੱਗੇ ਅੱਗੇ ਹੁਣ ਆਪਣੇ ਦੋਨੇ ਬੁਲਟ ਉਰੇ ਖੜੇ ਨੇ ਤੇ ਇੱਥੇ ਹੀ ਆਪਾਂ ਬਣਾਈ ਸੀਗੀ BS3 ਬੁਲਟ ਵਰਸਿਸ BS6 ਤੇ ਹੁਣ ਉਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਆਹ ਦੇਖ ਸਕਦੇ ਹੋ ਸ਼ਾਈਨਿੰਗ ਦੇਖੋ ਤੁਸੀਂ ਬੁਲਟ ਦੀ ਚਮਕਦੇ ਨੇ ਦੋਨੇ ਯਾਰ ਜਿਵੇਂ ਕਹਿ ਰਹੇ ਨੇ ਵੀ ਲੋਕ ਕਹਿ ਰਹੇ ਵੀ ਜਿਵੇਂ ਓਲਡ ਬੁਲਟ ਟੈਂਕੀ ਪਵਾਓ ਤੇ ਜਿਵੇਂ ਹੁਣ ਇਹ ਟੈਂਕੀ ਇਹ 'ਚ ਜੱਚਦੀ ਹੈ ਕਿਉਂਕਿ ਮਤਲਬ ਇਹਦਾ ਜੋ ਹਿਸਾਬ ਕਿਤਾਬ ਉਹ ਤੇ ਜੱਚਣੀ ਆਪਣੇ ਤੇ ਜੱਚਣੀ ਨਹੀਂ ਹੈਗੀ ਓਲਡ ਬੁਲਟ ਆਪਣੇ ਤੇ ਜੱਚੂਗੀ ਤਾਂ ਨਵੀਂ ਜੱਚੂਗੀ ਤੇ ਮੋਨੋਗ੍ਰਾਮ ਮੈਨੂੰ ਕਿਸੇ ਪਾਸੋਂ ਨਹੀਂ ਮਿਲ ਰਹੇ ਹੈਗੇ ਤੇ ਬਾਕੀ ਦੇਖਦੇ ਹਾਂ ਮਤਲਬ ਮੈਂ ਕਾਫੀ ਦੁਕਾਨਾਂ ਤੋਂ ਪਤਾ ਕੀਤਾ ਏਜੰਸੀ 'ਚ ਵੀ ਪਤਾ ਕੀਤਾ ਏਜੰਸੀ ਵਾਲੇ ਕਹਿੰਦੇ ਵੀ ਤੁਸੀਂ ਟੈਂਕੀ ਚੇਂਜ ਕਰਾ ਲਓ ਵੀ ਉਹ ਨਹੀਂ ਮਿਲਣੇ ਹੈਗੇ ਮੋਨੋਗ੍ਰਾਮ ਨਹੀਂ ਮਿਲਦੇ ਹੁੰਦੇ ਤੇ ਬਾਕੀ ਚਲੋ ਬਾਕੀ ਆਪਾਂ ਵੱਧਦੇ ਵੀਡੀਓ ਵੱਲ ਆਪਾਂ ਦੱਸਣਾ ਤੁਹਾਨੂੰ ਮੋਡੀਫਿਕੇਸ਼ਨ ਪ੍ਰਾਈਸ ਇਨ ਡਿਟੇਲ ਤੇ ਸ਼ੁਰੂ ਤੋਂ ਸ਼ੁਰੂ ਦੱਸਦੇ ਹਾਂ ਵੀ ਕੀ ਕੀ ਕਰਾਇਆ ਆਪਾਂ ਇਹਦੇ ਵਿੱਚ ਦੱਸਿਆ ਸੀਗਾ ਵੀ ਜਿਵੇਂ ਇਹਦੇ ਵਿੱਚ ਕੁਝ ਨਹੀਂ ਹੁੰਦਾ ਸਿੰਪਲ ਨਹੀਂ ਹੁੰਦਾ ਸੀਗਾ ਸਾਰਾ ਕੁਝ ਵੈਸੇ ਆਪਾਂ ਤੁਹਾਨੂੰ ਦੱਸਿਆ ਹੋਇਆ ਵੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਪਹਿਲਾਂ ਆਪਾਂ ਇਹਦੇ ਵਿੱਚ ਕੀ ਕਰਾਇਆ ਸਭ ਤੋਂ ਪਹਿਲਾਂ ਲਿਆਂਦੇ ਸਾਰ ਇਹਦਾ ਆਪਾਂ ਪਵਾਇਆ ਸੀ ਬੈਂਡ ਪਾਈਪ ਤੇ ਇਹ ਤੁਹਾਨੂੰ ਸਿੰਪਲੀ 1000 ਤੋਂ 1200 ਦੀ ਰੇਂਜ ਵਿੱਚ ਮਿਲ ਜੂਗਾ ਇਹ ਤੋਂ ਵੱਧ ਨਹੀਂ ਮਿਲਦਾ ਤੇ ਘੱਟ ਮਿਲ ਸਕਦਾ ਵੱਧ ਨਹੀਂ ਮਿਲਦਾ ਤੇ ਸਿਲਮਨ ਦਾ ਲਿਓ ਸਿਲਮਨ ਦਾ ਸਭ ਤੋਂ ਬੈਸਟ ਹੁੰਦਾ ਇਹ ਹੈਗਾ 1000 ਤੋਂ 1200 ਦੀ ਰੇਂਜ ਦੇ ਵਿੱਚ ਹੁੰਦਾ ਆਪਾਂ ਨੂੰ ਮਿਲਿਆ ਸੀਗਾ 1150 ਰੁਪਏ ਦਾ ਤੇ ਸ਼ੋਰਟ ਬੋਟਲ ਸਲਾਂਸਰ ਇਹ ਆਪਾਂ ਨੂੰ ਮਿਲਿਆ ਸੀਗਾ ਉਸ ਟਾਈਮ ਜਦ ਮਤਲਬ ਬੈਂਡ ਸਲਾਂਸਰ ਬੰਦ ਨਹੀਂ ਸੀਗੀ ਉਸ ਟਾਈਮ ਸੀਗਾ ਇਹ ਤਦ ਹੁਣ ਬੰਦ ਹੋ ਗਏ ਨੇ ਹੁਣ ਇਹ ਮਿਲਦਾ 1000 ਤੋਂ ਉੱਪਰ 1000 ਤੋਂ ਥੱਲੇ ਨਹੀਂ ਮਿਲਦਾ ਕਿਉਂਕਿ ਬੰਦ ਹੋ ਗਏ ਨੇ ਜੇ ਤੁਹਾਨੂੰ ਮਿਲੂਗਾ ਤਾਂ 1000 ਤੋਂ ਉੱਪਰ ਮਿਲੂਗਾ ਤੇ ਬਾਕੀ ਉਸ ਟਾਈਮ ਆਪਾਂ ਲਿੱਤੇ ਸੀਗਾ 800 ਸਾਢੇ 800 ਦੀ ਰੇਂਜ 'ਚ ਸਭ ਤੋਂ ਪਹਿਲਾਂ ਆਪਾਂ ਸੀ ਬੈਂਡ ਤੋਂ ਸ਼ੋਰਟ ਬੋਟਲ ਪਵਾਇਆ ਅਤੇ ਉਹ ਤੋਂ ਬਾਅਦ ਆਪਾਂ ਲਵਾਏ ਹਾਰਨ ਅਤੇ ਹਾਰਨ ਤੁਹਾਨੂੰ ਸਿੰਪਲੀ 1900 ਤੋਂ 2200 ਦੀ ਰੇਂਜ ਦੇ ਵਿੱਚ ਮਿਲ ਜਾਣਗੇ ਤੇ ਆਪਾਂ ਨੂੰ ਮਿਲੇ ਸੀਗੇ 2250 ਦੇ ਪਤਾ ਨਹੀਂ ਰਿਲੇਅਰ ਲੂ ਲਾ ਕੇ ਫਿਟਿੰਗ ਫੁਟਿੰਗ ਕਰਕੇ 2250 ਦੇ ਹਾਰਨ ਪਈ ਸੀਗੇ ਆਪਾਂ ਨੂੰ ਸਾਰਾ ਕੁਝ ਵਿੱਚੇ ਥਿੰਬਲਾਂ ਥੁੰਬਲਾਂ ਰਿਲੇਅਰ ਲੂ ਸਾਰਾ ਕੁਝ ਵਿੱਚੇ ਅਤੇ ਉਹ ਤੋਂ ਬਾਅਦ ਆਪਾਂ ਤਾਰੇ ਸੀਗੇ ਇੰਡੀਕੇਟਰ ਇੱਕ ਵਾਰੀ ਪੁੱਛਦਾ ਸੀਗਾ ਵੀ ਇੰਡੀਕੇਟਰ ਆਪਾਂ ਫ੍ਰੀ 'ਚ ਤਾਰੇ ਸੀ ਇੱਕ ਵਾਰੀ ਪੁੱਛਦਾ ਸੀਗਾ ਵੀ ਇੰਡੀਕੇਟਰ ਕਿਵੇਂ ਤਾਰੇ ਨੇ ਵੀਰੇ ਇੰਡੀਕੇਟਰ ਤਾਰਨ ਦਾ ਤਰੀਕਾ ਘਰੀ ਅਤੇ ਆਹ ਨਟ ਦੇ ਵਿੱਚ ਮਤਲਬ ਮੈਂ ਪੱਤੀਆਂ ਨਿਕਲੀਆਂ ਹੁੰਦੀਆਂ ਨੇ ਤਾਂ ਉਹਦੇ ਵਿੱਚ ਜੀਆਂ ਇੰਡੀਕੇਟਰ ਲੱਗੇ ਹੁੰਦੇ ਨੇ ਅਤੇ ਕਈ ਬੰਦੇ ਆ ਇੱਥੋਂ ਪੱਤੀਆਂ ਤਾਰ ਦੇਣਗੇ ਇਕੱਲੇ ਇੰਡੀਕੇਟਰ ਖੋਲ ਦਿੰਦੇ ਨੇ ਇੱਥੋਂ ਆਹ ਸਾਰੀ ਚੀਜ਼ ਖੋਲ ਕੇ ਆਪਾਂ ਇੰਡੀਕੇਟਰ ਖੋਲ ਲੈਣੇ ਜਿਹਨਾਂ ਪੱਤੀਆਂ ਨਾ ਦਿਖਣ ਅਤੇ ਇਹ ਫ੍ਰੀ 'ਚ ਹੋਇਆ ਇਹਦਾ ਕੋਈ ਪੈਸਾ ਨਹੀਂਗਾ ਅਤੇ ਪਿੱਛੇ ਆਪਣੇ ਇੰਡੀਕੇਟਰ ਇੱਥੇ ਲੱਗੇ ਹੁੰਦੇ ਆ ਆਲੀ ਗਲੀ 'ਚ ਅਤੇ ਇੱਥੋਂ ਇੰਡੀਕੇਟਰ ਤਾਰੇ ਇੰਡੀਕੇਟਰ ਤਾਰਨ ਤੋਂ ਬਾਅਦ ਆਪਾਂ ਕੀਤੀ ਬਫਿੰਗ ਅਤੇ ਇਹਦਾ ਖਰਚਾ ਸੀਗਾ ਬਫਿੰਗ ਤਾਂ ਕਰੀ ਕੀਤੇ ਜਿਵੇਂ ਡਰਿੱਲ ਮਸ਼ੀਨ ਆਪਣੇ ਕੋਲ ਸੀਗੀ ਅਤੇ ਉੱਤੇ ਬਫ ਪੈਡ ਜਿਹੜਾ ਪੈਡ ਜਿਹਾ ਹੁੰਦਾ ਉਹ ਆਉਂਦਾ ਦਾ 50 ਤੋਂ 100 ਦੇ ਰੇਂਜ ਦੇ ਵਿੱਚ ਮਿਲ ਜਾਂਦਾ ਆਪਾਂ ਨੂੰ 60 ਰੁਪਏ ਦਾ ਮਿਲਿਆ ਸੀਗਾ ਅਤੇ ਬਾਕੀ ਬਫਿੰਗ ਵਾਲੀ ਮਸ਼ੀਨ ਜਿਹੜੀ ਡਰਿੱਲ ਮਸ਼ੀਨ ਹੁੰਦੀ ਅੱਗੇ ਉਹ ਲਾਣੀ ਹੁੰਦੀ ਉਹ ਤਾਂ ਚਲੋ ਸੀਗੀ ਅਤੇ ਬਾਕੀ ਜਿਹੜੀ ਇੱਕ ਜਿਹੜੀ ਬਫਿੰਗ ਵਾਲੀ ਟਿੱਕੀ ਹੁੰਦੀ ਇੱਕ ਬੰਦੇ ਨੇ ਪੁੱਛਿਆ ਵੀ ਬਫਿੰਗ ਵਾਲੀ ਟਿੱਕੀ ਦਾ ਨਾਂ ਕੀ ਆ ਨਾ ਤਾਂ ਵੀਰੇ ਆਪਾਂ ਨੂੰ ਵੀ ਪਤਾ ਬਸ ਉਹਨਾਂ ਨੂੰ ਤੁਸੀਂ ਜਾ ਕੇ ਕਹਿ ਦਿਓ ਜਿਹੜੀ ਬਫਿੰਗ ਕਰਨ ਵਾਲੀ ਟਿੱਕੀ ਹੁੰਦੀ ਉਹ ਦੇ ਦਿਓ ਜੇ ਉਹਨਾਂ ਕੋਲ ਹੋਈ ਤੁਹਾਨੂੰ ਦੇ ਦੇਣਗੇ 100 ਰੁਪਏ ਦੀ ਹੁੰਦੀ ਆ ਅਤੇ ਇੱਕ ਬਫਿੰਗ ਜੇ ਉਹ ਬਫਿੰਗ ਟਿੱਕੀ ਨਾ ਹੋਈ ਹੁੰਦੀ ਆ ਬ੍ਰਾਈਟ ਉਹ ਕਰੀਮ ਹੁੰਦੀ ਆ ਤੁਸੀਂ ਉਹ ਲੈ ਲਿਓ ਉਹ ਵੀ ਸੇਮ ਵਰਕ ਕਰਦੀ ਆ ਅਤੇ ਬਾਕੀ ਆਪਾਂ ਨੂੰ ਥੋੜ੍ਹਾ ਜਿਹਾ ਟਿੱਕੀ ਦਾ ਜ਼ਿਆਦਾ ਫਰਕ ਲੱਗਿਆ ਅਤੇ ਤਾਂ ਕਰਕੇ ਆਪਾਂ ਉਹ ਕੀਤੀ ਸੀਗੀ ਅਤੇ ਬ੍ਰਾਈਟ ਉਹ ਵੀ ਮਤਲਬ 100 ਤੋਂ 50 ਤੋਂ 100 ਦੇ ਰੇਂਜ ਦੇ ਵਿੱਚ ਹੁੰਦੀ ਆ ਅਤੇ ਜਿਹੜੀ ਟਿੱਕੀ ਹੁੰਦੀ ਆ ਉਹ ਵੀ 50 ਤੋਂ 100 ਦੇ ਰੇਂਜ ਵਿੱਚ ਹੁੰਦੀ ਆ ਤਾਂ ਘੱਟ ਨਹੀਂ ਮਿਲੂਗੀ ਨਾ ਤਾਂ ਵੱਧ ਮਿਲੂਗੀ ਅਤੇ ਬਫਿੰਗ ਕੀਤੀ ਫਿਰ ਆਪਾਂ ਪਵਾਇਆ ਦਾ ਚੋਲੇ ਟਾਇਰ ਅਸੀਂ ਦੋਨਾਂ ਨੇ ਇਕੱਠੇ ਪਵਾਏ ਸੀਗੇ ਅਤੇ ਇਹ ਸੀਗਾ ਆਪਾਂ ਨੂੰ ਮਿਲਿਆ ਸੀ ਇਹ 2200 ਰੁਪਏ ਦਾ ਅਤੇ ਮਤਲਬ ਤੁਹਾਨੂੰ ਕਿਤੋਂ ਵੀ 2000 ਤੋਂ 2300 ਦੀ ਰੇਂਜ 'ਚ ਵਿੱਚ ਮਿਲ ਜੂਗਾ ਜੇ ਤੁਹਾਨੂੰ ਵੱਧ ਦਾ ਮਿਲ ਰਿਹਾ ਤਾਂ ਤੁਹਾਨੂੰ ਬੰਦਾ ਠੱਗ ਰਿਹਾ ਨਾ ਲਿਓ ਵੱਧ ਤੋਂ ਵੱਧ 2300 ਜਾਂ 2400 ਦਾ ਮਿਲ ਜੂਗਾ ਇਹ ਤੋਂ ਵੱਧ ਨਹੀਂ ਅਤੇ ਇੰਨੇ ਕੁ ਦਾ ਮਿਲੂਗਾ ਅਤੇ ਇਹ ਪਵਾਇਆ ਆਪਾਂ 2200 ਰੁਪਏ ਦਾ ਅਤੇ ਇਹਨੇ ਵੀ 2200 ਦੀ ਪਵਾਇਆ ਸੀ ਸੇਮ ਅਤੇ ਬਫਿੰਗ ਤੁਸੀਂ ਦੇਖ ਸਕਦੇ ਹੋ ਉਹਦੀ ਵੀ ਨਾਲੇ ਕੀਤੀ ਸੀਗੀ ਅਤੇ ਹੁਣ ਆਪਾਂ ਦੁਬਾਰਾ ਬਫਿੰਗ ਕਰਨੀ ਹੈ ਇੱਕ ਦੋ ਦਿਨ 'ਤੇ ਮਤਲਬ ਸੰਡੇ ਨੂੰ ਕਰਾਂਗੇ ਅਤੇ ਸੰਡੇ ਨੂੰ ਵਲੋਗ ਫੇਰ ਆਊਗਾ ਬਫਿੰਗ ਦਾ ਅਤੇ ਜਿਹਨੇ ਦੇਖਣੇ ਬਫਿੰਗ ਕਿਵੇਂ ਕੀਤੀ ਆਪਣਾ ਪੁਰਾਣਾ ਵਲੋਗ ਚੈੱਕ ਕਰ ਸਕਦਾ ਲਿੰਕ ਆਪਣੇ ਡਿਸਕ੍ਰਿਪਸ਼ਨ 'ਚ ਪਾ ਦਾਂਗੇ ਅਤੇ ਬਾਕੀ 2 ਦਿਨ ਤੱਕ ਆਪਾਂ ਬਫਿੰਗ ਦਾ ਵਲੋਗ ਫੇਰ ਲੈ ਕੇ ਆਵਾਂਗੇ ਅਤੇ ਟਾਇਰ ਚੋੜੇ ਤੋਂ ਬਾਅਦ ਫਿਰ ਆਪਾਂ ਪਵਾਏ ਸੀ ਲਾਏ ਟਾਇਰ ਚੋੜਾ ਆਪਾਂ ਪਹਿਲਾਂ ਪਵਾਏ ਸੀ ਫਿਰ ਲਾਏ ਪਵਾਏ ਸੀਗੇ ਅਤੇ ਇਹ ਆਪਾਂ ਨੂੰ ਮਤਲਬ ਪਏ ਸੀਗੇ 8300 ਦੇ ਪਏ ਸੀ 8500 ਦੇ ਕਹਿੰਦੀ 8300 ਦੇ ਪਏ ਸੀ ਅਤੇ ਫਿਟਿੰਗ ਫੁਟਿੰਗ ਕਰਾ ਕੇ 8500 ਦੇ ਪੈ ਗਏ ਸੀਗੇ ਮਤਲਬ ਇਹ ਹੈਗੇ ਨੇ ਰੋਇਲ ਰੈਡੋ ਦੇ ਇਹਦੀ 10 ਸਾਲ ਦੀ ਗਰੰਟੀ ਦਿੱਤੀ ਆਪਾਂ ਨੂੰ ਪਵਾਏ ਸੀ ਗਿੱਲ ਚੌਂਕ ਦੇ ਵਿੱਚ ਲੁਧਿਆਣਾ ਦੇ ਗਿੱਲ ਚੌਂਕ ਇੱਕ ਉੱਥੋਂ ਪਵਾਏ ਸੀਗੇ ਅਤੇ ਬਾਕੀ ਲਾਏ ਪਾਉਣ ਤੋਂ ਬਾਅਦ ਆਪਾਂ ਇਹਦੀ ਪਵਾਈ ਸੀ ਨੰਬਰ ਪਲੇਟ ਪਹਿਲੇ ਦੀ ਨੰਬਰ ਪਲੇਟ ਤੁਸੀਂ ਦੇਖੀ ਹੋਣੀ ਆ ਦੂਜੀ ਸੀਗੀ ਜਿਹੜੀ ਸ਼ੇਰ ਬਣਿਆ ਹੋਇਆ ਸੀਗਾ ਆਪਣਾ ਨੰਬਰ ਪਲੇਟ ਅਤੇ ਫਿਰ ਆਪਾਂ ਪਵਾਈ ਆਹ ਨੰਬਰ ਪਲੇਟ ਅਤੇ ਮਤਲਬ ਇਹ ਆਪਾਂ ਨੂੰ ਕਾਫੀ ਵਧੀਆ ਲੱਗੀ ਸੀਗੀ ਅਤੇ ਇਹਦਾ ਪ੍ਰਾਈਸ ਹੈਗਾ 350 ਦੀ ਰੇਂਜ 'ਚ ਪਈਆਂ ਸੀ ਆਪਾਂ ਨੂੰ ਦੋਨੇ ਨੰਬਰ ਪਲੇਟਾਂ
ਤੇ ਸਟicker ਜਾਂ ਤਾਂ 50-60 ਰੁਪਏ ਦਾ ਹੁੰਦਾ ਇਹ ਆਪਾਂ ਦੱਸਣਾ ਭੁੱਲ ਗਏ ਆਪਾਂ 50-60 ਰੁਪਏ ਦਾ ਸਭ ਤੋਂ ਪਹਿਲਾਂ ਹੀ ਲਵਾਇਆ ਸੀ ਇਹ ਸਟicker ਇੱਕ ਸਟicker ਲਵਾਇਆ ਸੀ ਇੱਕ ਆਪਾਂ ਮਤਲਬ ਆ ਬਣਾਇਆ ਸੀਗਾ ਇੱਕ ਓਮਕਾਰ ਤੇ ਵੀ ਬਹੁਤ ਵਧੀਆ ਲੱਗਦਾ ਇਹ ਵੀ ਮਤਲਬ 50 ਰੁਪਏ 'ਚ ਬਣ ਗਿਆ ਸੀਗਾ ਅਤੇ 50 ਰੁਪਏ ਦਾ ਹੁੰਦਾ ਇਹ ਵੀ ਸਟicker ਜਿਹੜੇ ਆਪਾਂ ਨੂੰ ਵਲੋਗ ਦੇਖਦੇ ਉਹਨਾਂ ਨੂੰ ਪਤਾ ਹੋਣਾ ਇੱਕ ਆਪਾਂ ਪਾਰਕਿੰਗ ਲਾਈਟਾਂ ਲਵਾਈਆਂ ਸੀਗੀਆਂ ਅਤੇ ਮਤਲਬ ਆਹ ਸੁੱਚੀ ਜੀ ਲਵਾਈ ਸੀਗੀ ਇੱਕ ਆਪਾਂ ਮਤਲਬ ਜਿਵੇਂ BS6 ਤੁਹਾਨੂੰ ਪਤਾ ਹੋਊਗਾ ਆਹ ਚੀਜ਼ ਨਹੀਂ ਆਉਂਦੀ ਹੈਗੀ ਅਤੇ ਇਹ ਲਵਾਈ ਸੀਗੀ ਆਪਾਂ ਨੂੰ ਇਹ ਸੀਗਾ 200 ਰੁਪਏ ਦਾ ਸੀਗਾ ਫਿਟਿੰਗ ਫੁਟਿੰਗ ਕਰਕੇ ਅਤੇ ਆਹ ਪਾਰਕਿੰਗ ਲਾਈਟਾਂ ਸੀਗੀਆਂ ਅਤੇ ਇਹ ਸੀਗੀਆਂ 60-70 ਰੁਪਏ ਦੀਆਂ ਫਿਟਿੰਗ ਫੁਟਿੰਗ ਕਰਾ ਕੇ 100 ਰੁਪਏ ਦੀਆਂ ਪੈ ਗਈਆਂ ਸੀਗੀਆਂ ਅਤੇ ਬਾਕੀ ਮਤਲਬ ਮੇਨ ਤਾਂ ਮੋਡੀਫਿਕੇਸ਼ਨ ਆਪਾਂ ਇਹਦੇ ਵਿੱਚ ਆਹੀ ਕਰਾਈਆਂ ਨੇ ਅਤੇ ਸਾਰਾ ਪ੍ਰਾਈਜ਼ ਆਪਾਂ ਤੁਹਾਨੂੰ ਦੱਸਤਾ ਬਾਕੀ ਆਪਣਾ ਟੋਟਲ ਖਰਚਾ ਇਹਦੇ ਉੱਪਰ ਜਿਵੇਂ ਜਮੀ ਸਿੰਪਲ ਤੋਂ ਇਹ ਬਣਾਉਣ ਦੇ ਵਿੱਚ ਆਹ ਮੋਡੀਫਿਕੇਸ਼ਨ ਕਰਾਉਣ ਦੇ ਵਿੱਚ 20,000 ਦਾ ਖਰਚਾ ਆਪਣਾ ਆ ਗਿਆ ਇਹਦੇ ਉੱਪਰ ਕਿ ਜਿਹੜੇ ਮੇਨ ਮੋਡੀਫਿਕੇਸ਼ਨ ਨੇ 15,000-20,000 ਦੇ ਵਿੱਚ ਖਰਚਾ ਕਹਿ ਸਕਦੇ 15,000-20,000 ਦੇ ਵਿੱਚ ਖਰਚਾ ਆ ਗਿਆ ਜੀ ਸਾਰੀ ਮੋਡੀਫਿਕੇਸ਼ਨ ਦਾ ਅਤੇ ਬਾਕੀ ਇਹਦੇ ਵਿੱਚ ਤੁਹਾਨੂੰ ਦੱਸ ਦਿੰਦੇ BS3 ਦੇ ਵਿੱਚ ਇਹਦੇ ਵਿੱਚ ਵੀ ਪਾਰਕਿੰਗ ਲਾਈਟਾਂ ਚਿੱਟੀਆਂ ਹੀ ਨੇ ਆਹ ਦੇਖ ਸਕਦੇ ਤੁਸੀਂ ਅਤੇ ਇਹਦੇ ਵਿੱਚ ਵੀ ਆਹ ਲਿਖਾਇਆ ਹੋਇਆ ਏਕਮ ਕਾਰ ਸੇਮ ਜਿਹਾ ਜੀ ਅਤੇ ਇਹ 'ਚ ਵੀ ਮਤਲਬ ਸੇਮ ਮੋਡੀਫਿਕੇਸ਼ਨ ਨੇ ਨੰਬਰ ਪਲੇਟਾਂ ਨੇ ਇਹਦੇ ਵਿੱਚ ਨੰਬਰ ਪਲੇਟ ਦੂਜੀ ਆ ਅਤੇ ਬਾਕੀ ਆਹ ਬੀਬਾ ਬੋਇਜ਼ ਹਾਰਨ ਹੂਰਨ ਸਾਰਾ ਕੁਝ ਸੇਮ ਆ ਜਿਵੇਂ ਐਲਾਏ 'ਚ ਮਤਲਬ ਸੀਗੇ ਪਹਿਲਾਂ ਹੀ ਅਤੇ ਹਾਰਨ ਬਫਿੰਗ ਵੀ ਸੇਮ ਕੀਤੀ ਹੋਈ ਆ ਇੰਡੀਕੇਟਰ ਵੀ ਤਾਰੇ ਹੋਏ ਨੇ ਟਾਇਰ ਵੀ ਚੌੜਾ ਐਲਾਏ ਵੀ ਅਤੇ ਆਹ ਸਟਿੱਕਰ ਸਟੁੱਕਰ ਲਵਾਏ ਹੋਏ ਨੇ ਅਤੇ ਬਾਕੀ ਕਾਹ ਲਵਾਈ ਹੋਈ ਆ ਪਾਰਕਿੰਗ ਲਾਈਟ ਤੁਸੀਂ ਦੇਖ ਸਕਦੇ ਹੋ ਅਤੇ ਆਹੀ ਨੇ ਮੇਨ ਤਾਂ ਮਤਲਬ ਮੇਨ ਤਾਂ ਹੋਰ ਮੋਡੀਫਿਕੇਸ਼ਨ ਹੁੰਦੀਆਂ ਕੀ ਨੇ ਆਹੀ ਮੇਨ ਹੁੰਦੀਆਂ ਨੇ ਮੋਡੀਫਿਕੇਸ਼ਨ ਤਾਂ ਬਾਕੀ ਇੱਕ ਆਪਾਂ ਨੂੰ ਬੰਦੇ ਕਹਿ ਰਹੇ ਨੇ ਵੀ ਟੈਂਕੀ ਚੇਂਜ ਆਪਾਂ ਕਰਾ ਦੇਣੀ ਆ ਅਤੇ ਹੈਡਲਾਈਟ ਵੀ ਚੇਂਜ ਕਰਾਵਾਂਗੇ ਇਹਦੀ ਥੋੜ੍ਹੇ ਟਾਈਮ ਦੇ ਵਿੱਚ ਅਤੇ ਐਵੇਂ ਆਪਣੇ ਚੈਨਲ ਸਬਸਕ੍ਰਾਈਬ ਕਰ ਦਿਉ ਦੇਖਣ ਵਾਸਤੇ ਅਤੇ ਬਾਕੀ ਜਿਹਨੂੰ ਕੋਈ ਕੁਐਰੀ ਹੁੰਦੀ ਆ ਕੁਛ ਬੁਲਟ ਬਾਰੇ ਪੁੱਛਣਾ ਹੁੰਦਾ ਕੋਈ ਵੀ ਬੁਲਟ ਬਾਰੇ ਡਿਟੇਲ ਲੈਣੀ ਆ ਤਾਂ ਆਪਾਂ ਨੂੰ ਇੰਸਟਾਗ੍ਰਾਮ 'ਤੇ ਤੁਸੀਂ ਫੋਲੋ ਕਰ ਸਕਦੇ ਹੋ ਆਪਾਂ ਹਰੇਕ ਬੰਦੇ ਦਾ ਰਿਪਲਾਈ ਇੰਸਟਾਗ੍ਰਾਮ 'ਤੇ ਵੀ ਕਰਦੇ ਹਾਂ ਅਤੇ ਕਮੈਂਟ ਦੇ ਵਿੱਚ ਵੀ ਤੁਸੀਂ ਆਪਾਂ ਨੂੰ ਪੁੱਛ ਸਕਦੇ ਆਪਾਂ ਹਰੇਕ ਬੰਦੇ ਦਾ ਰਿਪਲਾਈ ਕਮੈਂਟਾਂ ਦੇ ਵਿੱਚ ਵੀ ਕਰਦੇ ਹਾਂ ਅਤੇ ਇੰਸਟਾਗ੍ਰਾਮ ਦੇ ਵਿੱਚ ਵੀ ਕਰਦੇ ਹਾਂ ਅਤੇ ਇੰਸਟਾਗ੍ਰਾਮ 'ਤੇ ਆਪਾਂ ਨੂੰ ਫੋਲੋ ਕਰਕੇ ਤੁਸੀਂ ਮੈਸੇਜ ਕਰ ਸਕਦੇ ਹੋ ਅਤੇ ਬਾਕੀ ਮੇਨ ਮੋਡੀਫਿਕੇਸ਼ਨ ਇਹਦੇ ਵਿੱਚ ਵੀ ਆ ਇਹਦੇ ਵਿੱਚ ਸੇਮ ਹੀ ਨੇ ਜਾਂ ਸਿਮਿਲਰ ਮੋਡੀਫਿਕੇਸ਼ਨ ਨੇ ਜ਼ਿਆਦਾਤਰ ਤਾਂ ਅਤੇ ਬਾਕੀ ਆਹੀ ਮੋਡੀਫਿਕੇਸ਼ਨ ਨੇ ਅਤੇ ਬਾਕੀ ਇੱਧਰ ਆਪਾਂ ਸਾਈਡ 'ਤੇ ਇੱਕ ਸਟਿੱਕਰ ਬਣਵਾਉਣਾ ਅਤੇ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਆਪਾਂ ਕੀ ਬਣਵਾਈਏ ਅਤੇ ਬਾਕੀ ਆਹੀ ਮੋਡੀਫਿਕੇਸ਼ਨ ਨੇ ਮੇਨ ਤਾਂ ਹੋਰ ਤਾਂ ਇਹਦੇ ਵਿੱਚ ਕੁਛ ਹੈ ਨਹੀਂਗਾ ਮੇਨ ਕਿਵੇਂ ਲੱਗੀ ਵੀਡੀਓ ਜ਼ਰੂਰ ਕਮੈਂਟ ਕਰਕੇ ਦੱਸਿਓ ਅਤੇ ਮਿਲਦੇ ਹਾਂ ਅਗਲੀ ਵੀਡੀਓ 'ਚ ਉਹ ਤੱਕ ਚੈਨਲ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਆਪਾਂ ਨੂੰ ਇੰਸਟਾਗ੍ਰਾਮ 'ਤੇ ਤੁਸੀਂ ਫੋਲੋ ਕਰ ਸਕਦੇ ਹੋ ਕੋਈ ਵੀ ਮੋਡੀਫਿਕੇਸ਼ਨ ਤੁਸੀਂ ਚਾਹੁੰਦੇ ਵੀ ਆਪਾਂ ਆਪਣੇ ਬੋਰਡ 'ਤੇ ਕਰੀਏ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਆਪਾਂ ਮੋਡੀਫਿਕੇਸ਼ਨ ਕਰਾ ਲਾਂਗੇ ਅਤੇ ਬਾਕੀ ਮਿਲਦੇ ਅਗਲੀ ਵੀਡੀਓ 'ਚ ਟਾਟਾ ਬਾਏ ਬਾਏ।